ਜੇਸ ਵਲੋਗ ਦਾ ਤੁਹਾਨੂੰ ਸਾਰਿਆਂ ਨੂੰ ਬੇਸਬਰੀ ਤੋਂ ਇੰਤਜ਼ਾਰ ਹੁੰਦਾ ਤੇ ਕਮੈਂਟ ਤੇ ਕਮੈਂਟ ਕੀਤੇ ਹੁੰਦੇ ਡੀਐਮ ਤੇ ਡੀਐਮ ਕੀਤੇ ਹੁੰਦੇ ਕਿ ਵੀਰੇ ਕਾਈਟ ਵਲੋਗ ਲੈ ਕੇ ਆਓ ਕਾਈਟ ਵਲੋਗ ਲੈ ਕੇ ਆਓ ਸੋ ਫਾਈਨਲੀ ਕਾਈਟ ਵਲੋਗ ਆ ਚੁੱਕਿਆ ਵੈਲਕਮ ਬੈਕ ਟੂ ਚੈਨਲ ਗਾਇਸ ਆਈ ਹੋਪ ਤੁਸੀਂ ਸਾਰੇ ਕੈਂਡ ਹੋ ਜਿਹੜੇ ਜਿਹੜੇ ਮੇਰੀਆਂ ਸਨੈਪਚੈਟ ਤੇ ਇੰਸਟਾਗ੍ਰਾਮ ਤੇ ਸਟੋਰੀਜ਼ ਦੇਖ ਰਹੇ ਉਹਨਾਂ ਨੂੰ ਪਤਾ ਹੋਊਗਾ ਕਿ ਸਿਰ ਮੈਂ ਸਟੋਰੀ ਪਾਈ ਸੀ ਅੰਮ੍ਰਿਤਸਰ ਦੇ ਵਿੱਚ ਮੌਸਮ ਇੰਨਾ ਵਧੀਆ ਹੋਇਆ ਸੀ ਯਾਰ ਬੱਦਲ ਇੰਨੇ ਸੋਹਣੇ ਹਵਾ ਇੰਨੀ ਵਧੀਆ ਚੱਲ ਰਹੀ ਸੀ ਜਦੋਂ ਵਧੀਆ ਹਵਾ ਚੱਲਦੀ ਹੋਵੇ ਨਾ ਗੁੱਡੀਆ ਡਾਉਣ ਦਾ ਮਜ਼ਾ ਬਹੁਤ ਆਉਂਦਾ ਤੇ ਪਰ ਹੁਣ ਤੁਸੀਂ ਦੇਖ ਸਕਦੇ ਹੋ ਅਸਮਾਨ 'ਚ ਇੱਕ ਵੀ ਬੱਦਲ ਨਹੀਂ ਹੈਗਾ ਸੂਰਜ ਚੜ੍ਹਿਆ ਪਿਆ ਹਵਾ ਵੀ ਥੋੜ੍ਹੀ ਬਹੁਤ ਚੱਲ ਰਹੀ ਆ ਗੁਜ਼ਾਰੇ ਜੋਗੀ ਪਰ ਕਾਈਟ ਫਾਈਟ ਜ਼ਰੂਰ ਹੋਊਗੀ ਸੋ ਵਲੋਗ ਨੂੰ ਪੂਰਾ ਤਾਂ ਜ਼ਰੂਰ ਦੇਖਿਓ ਅਤੇ ਜੇ ਕਿਸੇ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਅਤੇ ਨੋਟੀਫਿਕੇਸ਼ਨ ਬੈਲ 'ਤੇ ਵੀ ਟੈਪ ਕਰ ਲਿਓ ਅਤੇ ਵਲੋਗ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਹੀ ਇੰਟਰਸਟਿੰਗ ਇਹ ਵਲੋਗ ਹੋਣ ਵਾਲਾ ਅਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੀਆਂ ਕਾਈਟਸ ਦਿਖਾ ਦਿੰਦਾ ਵਾਂ ਕਿ ਕਿਹੜੀਆਂ ਆਪਾਂ ਕਾਈਟ ਅਜੇ ਡਾਉਣੀਆਂ ਨੇ ਸੋ ਅੱਜ ਘੱਟ ਡਾਵਾਂਗੇ ਪਰ ਵਧੀਆ ਡਾਵਾਂਗੇ ਯਾਰ ਅੱਜ ਵੀ ਗੁੱਡੇ ਡਿਜ਼ਾਈਨ ਦੇਖੋ ਯਾਰ ਇਹ ਹੈਗੇ ਨੇ ਛੋਟੀਆਂ ਜੀ ਇਹ ਖਿੰਚੇ ਖੁੰਚੇ ਮਾਰਨ ਨੂੰ ਅਤੇ ਆਹ ਡਿਜ਼ਾਇਨ ਚੈੱਕ ਕਰੋ ਯਾਰ ਕਿੰਨਾ ਸੋਹਣਾ ਡਿਜ਼ਾਇਨ ਆ ਚੰਦਰਮੁਖੀ ਆਲ ਬਲੈਕ ਅੱਖੜ ਸਭ ਤੋਂ ਵਧੀਆ ਮੈਨੂੰ ਆਹ ਲੱਗਾ ਯਾਰ ਅਤੇ ਤਿੰਨ ਪਤੰਗਾਂ ਵੀ ਹੈਗੀਆਂ ਨੇ ਜੋ ਕਿ ਦੀਪ ਨੇ ਸਾਡੇ ਡਾਕਟਰ ਸਾਹਿਬ ਨੇ ਲੁੱਟੀਆਂ ਹੋਈਆਂ ਸੀ ਆਹ ਦੇਖੋ ਸੋ ਅੱਜ ਆਹ ਸਾਰੀਆਂ ਕਾਈਟਸ ਆਪਾਂ ਇਸ ਵਲੋਗ ਦੇ ਡਾਵਾਂਗੇ ਕਾਈਟ ਫਾਈਟ ਕਰਾਂਗੇ ਸੋ ਵਲੋਗ ਨੂੰ ਪੂਰਾ ਐਂਡ ਜ਼ਰੂਰ ਦੇਖਿਓ ਤੇ ਚਲੋ ਆਪਾਂ ਸਟਾਰਟ ਕਰਦੇ ਸਟਾਰਟ ਕਰ ਤਾਂ ਕਰੀਏ ਯਾਰ ਆਪਾਂ ਪਤੰਗ ਡਈ ਪਹਿਲਾਂ ਆਪਾਂ ਇੱਕ ਪਤੰਗ ਵਾਲੀ ਹੋਣੀ ਪਹਿਲਾਂ ਗੁੱਡਾ ਹੀ ਡੋ ਪਹਿਲਾਂ ਗੁੱਡੀ ਡਾ ਕੇ ਉਹ ਵੜਦੇ ਆ ਗ੍ਰੀਨ ਨਾਲ ਉਡਾ ਦੇਣੇ ਰੁੱਕ ਆਹ ਵਾਲਾ ਆਹੋ ਪਹਿਲਾਂ ਖਿੰਚਾ ਮਾਰਦੇ ਆ ਮੇਰਾ ਗੁੱਡੀ ਦੇ ਕਿੰਨੀ ਸੈੱਟ ਆ ਕੀ ਤੁਹਾਨੂੰ ਵੇਖ ਕੇ ਕੋਈ ਡਾਲੇ ਹੋ ਸਕਦਾ ਚਲੋ ਡਈ ਹਵਾ ਹਣ ਵਧੀਆ ਹੋ ਗਈ ਛੇਤੀ ਛੇਤੀ ਡੋ ਚਲੋ ਸੋ ਸਭ ਤੋਂ ਪਹਿਲਾਂ ਆਪਾਂ ਡਾਤੀ ਹੋਈ ਆ ਜੀ ਪਤੰਗ ਕੀ ਪਤਾ ਸਾਡੀ ਪਤੰਗ ਉੜਦੀ ਦੇਖ ਕੇ ਕੋਈ ਲੱਗ ਗਿਆ ਬੰਨੇ ਪਤੰਗ ਡਾਰੇ ਅਤੇ ਫਿਰ ਪੇਚਾ ਲਾਵਾਂਗੇ ਆਪਾਂ ਪਤੰਗ ਵਾਲਾ ਕਿਉਂਕਿ ਪਤੰਗ ਨਾ ਪਤੰਗ ਦਾ ਪੇਚਾ ਹੋਵੇ ਫਿਰ ਹੀ ਮਜ਼ਾ ਆਉਂਦਾ ਉਹ ਵਾਹੀ ਨਹੀਂ ਚੱਲਣ ਡੀ ਤੇ ਮੇਰੇ ਖਿਆਲ ਵਧਣੀ ਨਹੀਂ ਪੇਚੇ ਲੱਗੇ ਵਧੂਗੀ ਵਧੂ ਕਿਉਂ ਨਹੀਂ ਵਧੂਗੀ ਤੁਹਾਨੂੰ ਵੇਖ ਕੇ ਮੈਂ ਡਾਵਾਂ ਕਰਤਾ ਕੰਮ ਉਹੀ ਵੈਸੇ ਤਾਂ ਜੀ ਅੰਮ੍ਰਿਤਸਰ ਦੇ ਵਿੱਚ ਲੋਹੜੀ ਤੋਂ 2 ਮਹੀਨੇ ਪਹਿਲਾਂ ਗੁੱਡੀ ਉੜਦੀ ਹੈ ਅਤੇ 2 ਮਹੀਨੇ ਬਾਅਦ ਅਤੇ ਇੱਕ ਗੋਲਡਨ ਟੈਂਪਲ ਲਾਗੇ ਅਤੇ ਇੱਕ ਸੁਲਤਾਨ ਮਿੰਟ ਦੇ ਆਹ ਏਰੀਏ ਦੇ ਵਿੱਚ ਪੂਰਾ ਸਾਲ ਗੁੱਡੀ ਉੜਦੀ ਹੈ ਬਸ ਹਵਾ ਵਧੀਆ ਹੋਣੀ ਚਾਹੀਦੀ ਆ ਅਤੇ 2 ਦਿਨ ਗਰਾਊਂਡਾਂ ਹੈਗੀਆਂ ਜਿੱਥੇ ਸਵੇਰੇ ਪਤੰਗਾਂ ਉੜਦੀਆਂ ਨੇ ਪਤੰਗਾਂ ਦੇ ਪੇਚੇ ਲੱਗਦੇ ਆ ਯਾਰ ਹਵਾ ਚੱਲ ਤੇ ਗਈ ਆ ਡਾਕਟਰ ਸਾਹਿਬ ਪਹਿਲਾਂ ਆਪਾਂ ਉਹ 2 ਗੁੱਡੀਆਂ ਵੜਦੀਆਂ ਠੀਕ ਆ ਜੀ ਲੱਗਦਾ ਪਿਆ ਕੁਛ ਕਰਾਂਗੇ ਉਮੀਦਾਂ ਪੂਰੀਆਂ ਨੇ ਬਾਕੀ ਵੇਖੋ ਉਮੀਦਾਂ ਦੇ ਪਾਣੀ ਫਿਰ ਜਾਂਦਾ ਹੁੰਦਾ ਲਾ ਦੋ ਪੇਚਾ ਹੀ ਲਾਣਾ ਲੱਗ ਗਿਆ ਲੱਗ ਗਿਆ ਲੱਗ ਗਿਆ ਲੱਗ ਗਿਆ ਚੱਲਾ ਵਾ ਉਹਦਾ ਕਣੀਆਂ ਵੱਜਾ ਢਿੱਲ ਮਾਰਦਾ ਖੁੱਲੀ ਵੜ ਲੈਣ ਤੋਂ ਥੱਲੇ ਭਾਵੇਂ ਛੁੱਟ ਗਿਆ ਛੁੱਟ ਗਿਆ ਛੁੱਟ ਗਿਆ ਚੱਲਾ ਹੀ ਹੋ ਗਿਆ ਤੁਹਾਨੂੰ ਸ਼ਰਮ ਹੈ ਕੁਛ ਹੁਣ ਲਾਗੇ ਬੰਨੇ ਤਾਂ ਕੋਈ ਵੱਡਾ ਗੁੱਡਾ ਡਾ ਨਹੀਂ ਰਿਹਾ ਸੋ ਸੋਚਿਆ ਕਿ ਅਸੀਂ ਆਪਸ ਹੀ ਡਾਉਂਦੇ ਹਾਂ ਦੀਪ ਡਾ ਰਹੇ ਉਧਰੋਂ ਸੂਰਜਮੁਖੀ ਤੇ ਮੈਂ ਡਾਊਂਗਾ ਇਧਰੋਂ ਛੱਜ ਵਢਾਈ ਦੇਣਾ ਤੁਸੀਂ ਜਿਹੜਾ ਮਰਜ਼ੀ ਡਾ ਦਿਓ ਇੰਨੀ ਵੀ ਨਹੀਂ ਗੱਲ ਵੀਰੇ ਤੁਸੀਂ ਵੜਤਾ ਵੜਤਾ ਰੇ ਚੱਲ ਵੜਤਾ ਫਿਰ ਤੇਰੇ ਵੱਲ ਪੀਦਾ ਜਿੰਨੇ ਵੜਤਾ ਉਹਦੇ ਵੱਲ ਪੀਦਾ ਦੋਨਾਂ ਦੇ ਅੱਛਾ ਅੱਛਾ ਤੋੜ ਕੇ ਛੱਡ ਦਿੰਦਾ ਤੇ ਫਿਰ ਉਹ ਫਿਰ ਤੇਰੇ ਤੇ ਇੱਕ ਕਾਲਖ ਪੱਕਾ ਲੱਗਾ ਰਹਿਣਾ ਵੀ ਤੂੰ ਗੁੱਡੀ ਵਧਾਉਣ ਵਾਲਾ ਹੀ ਆ ਮੈਂ ਵੱਢਣ ਵਾਲਾ ਵੀਰੇ ਪਿਛਲੇ ਵਲੋਗ 'ਚ ਵੇਖੋ ਜਾ ਕੇ 8 ਵੱਢੀਆਂ ਸੀ ਓਹੋ
ਸਾਰੇ ਸਾਲ ਦੀਆਂ ਇਕੱਠੀਆਂ ਵੱਡੀਆਂ ਟੋਟਲ ਚਲੋ ਬਾਈ ਇਹਨਾਂ ਨੇ ਡੋਣੇ ਇਹਨਾਂ ਨੇ ਪਿੱਛੇ ਰੈਸਟ ਰੈਸਟ ਦੇ ਇਹਨਾਂ ਨੇ ਪਿੱਛੇ ਲੋਣੀ ਪਾਣੀ ਨਾ ਜਾਵੇ ਓਏ ਅੜ ਗਿਆ ਈ ਆਪਣੀ ਵੀ ਆਈ ਤੇ ਅੜ ਗਿਆ ਈ ਨਹੀਂ ਜਾਈ ਯਾਰ ਨਾਲੇ ਕੰਨੀ ਦੇ ਦੀ ਇਹਨਾਂ ਨੂੰ ਉਹ ਤੁਹਾਡੇ ਵਾਸਤੇ ਗੱਲ ਨਹੀਂ ਗਈ ਉਹ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਨਹੀਂ ਆ ਗਈ ਵੀਰੋ ਕੰਧ ਤੇ ਫਸੀ ਹੋਈ ਆ ਕਿਸੇ ਚੰਗੀ ਢੀਠ ਦਾ ਗੁੱਡਾ ਹੀ ਇਹ ਭੈਣ ਉੱਡਦਾ ਹੀ ਨਹੀਂ ਉਹ ਆ ਗਿਆ ਜੀ ਫਟਿਆ ਤੇ ਨਹੀਂ ਆ ਇੰਨੀ ਹਵਾ ਚੱਲਣ ਦੀ ਯਾਰ ਕੀ ਹੋ ਗਿਆ ਤੁਹਾਨੂੰ ਇਹਨੂੰ ਕੀ ਹੋ ਗਿਆ ਬ੍ਰੋ ਆਈ ਆਲ ਰਾਈਟ ਆ ਇੰਨੀ ਸੋਹਣੀ ਹਵਾ ਲੱਗਣ ਦੀ ਇਹ ਵੀ ਯਾਰ ਆਪਾਂ ਨੂੰ ਲੱਗਣ ਦੀ ਪਰ ਗੁੱਡੇ ਨੂੰ ਨਹੀਂ ਲੱਗਣ ਦੀ ਹਾਂ ਲੱਗੀ ਹੁਣ ਲੱਗੀ ਆ ਡਾਕਟਰ ਸਾਹਿਬ ਵਧਾ ਕੇ ਲਾਉਣਾ ਕਿ ਲੱਗ ਗਿਆ ਜੀ ਭਾਰਾ ਗੁਜ਼ਾਰਾ ਕੀਤਾ ਯਾਰ ਵਧੀਆ ਸਗੋਂ ਚਿੰਤਾ ਹੀ ਮਾਰਦੀ ਭਾਵੇਂ ਇੱਥੋਂ ਕੁ ਲਾਦੇ ਗਾਂ ਐਡੀ ਦੂਰ ਕਿੱਥੇ ਵਧਾਉਣੇ ਲੋ ਕਿੱਡਾ ਸਹੀ ਲੱਗਦਾ ਜੀ ਖਰਾਬ ਕਰਦਾ ਤਈ ਤੈਨੂੰ ਥੱਲੋਂ ਦੀ ਕੱਢਣਾ ਫਿਰ ਥੱਲੋਂ ਪੇ ਚਲਾ ਸੌਖਾ ਲੱਗੂਗਾ ਜੀ ਥੋੜ੍ਹਾ ਵਧਾਲਾ 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 ਇਹਦੇ ਗੁੱਡੇ ਤੱਕ ਵਧਾਲਾ ਤੈਨੂੰ ਕਿਉਂਕਿ ਤੇਰੇ ਗੁੱਡੇ ਤੱਕ ਵਧਾਉਂਦੇ ਆ ਪੇਚਾ ਬੜਾ ਸੋਹਣਾ ਲੱਗਣਾ ਜੀ ਜੇ ਅਟੈਚ ਹੋਇਆ ਨਾ ਨਾਲ ਨਹੀਂ ਲੱਗਣ ਦੇਣਾ ਐ ਸ਼ੱਕਾ ਹੋਏ ਨਾ ਇੱਕ ਆਹੋ ਬਸ ਇਹ ਐਸੇ ਵੀ ਤੇਰਾ ਪਲੱਸ ਪੁਆਇੰਟ ਇਹ ਤੂੰ ਪਿੱਛੋਂ ਡਾਉਂਦੇ ਆ ਮੈਂ ਚੱਲਾ ਜਾਉਦਾ ਹੁਣ ਇਹ ਡਾਕਟਰ ਸਾਹਿਬ ਐਡੀ ਜਲਦੀ ਨਹੀਂ ਇਹਨੇ ਵਧਾ ਲਈ ਥੋੜ੍ਹਾ ਵਧਾ ਨਾ ਹਾਲ ਛੇਤੀ ਕਰ ਤੇਰੇ ਸਮੋਸੇ ਆਈ ਵਧਾਓ ਛੇਤੀ ਗਾਂ ਗਾਂ ਕਰੋ ਇਹਨੂੰ ਤੈਨੂੰ ਕੀ ਲੱਗ ਰਿਹਾ ਗਾਈਸ ਤੁਹਾਨੂੰ ਕੀ ਲੱਗ ਰਿਹਾ ਮੇਰਾ ਗੁੱਡਾ ਬੋ ਹੋਏਗਾ ਮੈਨੂੰ ਪਤਾ ਕੀ ਲੱਗਦਾ ਦੋਨਾਂ ਚੋਂ ਇੱਕ ਜਾਊਗਾ ਜੇ ਪੇਚਾ ਲੱਗਾ ਤੇ ਪਰ ਉਹ ਵੀ ਬੜਾ ਤੇਜ਼ ਹੈਗਾ ਵਾ ਵੀਰ ਆਫਟਰ ਆਲ ਹੋਏਗਾ ਵਾ ਐਕਸਪਰਟ ਗੁੱਡੀਆਂ ਦਾ ਕੁਛ ਤੇ ਕਰੂਗਾ ਹੀ ਉਹ ਵੀ ਐਡਾ ਹੈਗਾ ਤੇਰਾ ਮਾਮਾ ਉਹ ਆਂਟੀ ਨੇ ਫੜ ਲੈਣਾ ਗੁੱਡਾ ਕਿੱਥੇ ਪਹੁੰਚ ਗਈ ਉਹ ਤੈਨੂੰ ਕਹਿਣਾ ਵੀਰ ਉਹ ਵੀ ਐਕਸਪਰਟ ਹੈਗਾ ਵਾ ਏਦਾਂ ਨਹੀਂ ਹੈਗਾ ਕਿੱਤਾ ਕੋਲਾ ਉਹ ਚੱਦਰ ਵੀ ਫਿਰ ਹਾਂ ਹਾਂ ਚਲੋ ਚਲੋ ਜੀ ਵਾਓ ਇਹ ਨੇ ਐਕਸਪਰਟ ਇਹ ਨੇ ਐਕਸਪਰਟ ਗੁੱਡੀਆਂ ਦੇ ਇਹਨਾਂ ਨੇ ਲਾਉਣੇ ਜੀ ਪੇਚੇ ਆ ਵੇਖ ਲਓ ਇਹਨਾਂ ਨੇ ਲਾਉਣੇ ਜੀ ਪੇਚੇ ਚੱਲਾ ਹੀ ਵੇਖੀ ਹੁਣ ਲੈ ਇਹਨਾਂ ਨੇ ਲਾਉਣੇ ਜੀ ਪੇਚੇ ਡਾਕਟਰ ਸਾਹਿਬ ਕਹੀ ਉਹ ਕਿੱਦਾਂ ਭੜਕਦੇ ਟੁੱਟ ਗਿਆ ਜੀ ਬਸ ਟੁੱਟ ਗਿਆ ਜੀ ਫੜੀ ਡੋਰੀ ਬਸ ਬਸ ਉਹ ਹੱਥ ਟੁੱਟਾ ਹੀ ਉਹਨੇ ਚੜ੍ਹਮ ਲਿਆਉਣਾ ਵੇਖੀ ਨਾਲ ਹੀ ਮੈਨੂੰ ਆਪਣਾ ਗੁੱਡਾ ਨਹੀਂ ਜਾਣ ਦੇਣਾ ਭਰਾਵਾ ਮਹਿੰਗਾ ਪਤਾ ਕਿੰਨਾ ਵਾ ਯਾਰ ਐਕਚੁਅਲ 'ਚ ਨਾ ਹਵਾ ਨਹੀਂ ਹੈਗੀ ਇੱਦਾਂ ਹੀ ਉਹਨੇ ਆਪਣਾ ਸੁਧਾਰ ਲੈਣਾ ਵੇਲੀ ਫਸ ਗਿਆ ਗਿਆ ਪਰ ਚੱਲ ਜਿੱਤ ਗਿਆ ਤੂੰ ਤੈਨੂੰ ਸਮੋਸਾ ਮਿਲੂਗਾ ਗਿਫਟ 'ਚ ਆ ਜਾ ਤੈਨੂੰ ਸਮੋਸਾ ਖਵਾਈਏ ਡਾਕਟਰ ਸਾਹਿਬ ਇਹ ਹੁਣ ਤੁਹਾਡਾ ਆਖਰੀ ਉਹਨੂੰ ਤੁਣਕਾ ਜੇ ਗੁੱਡੇ ਨੂੰ ਬਸ ਉਹਨੂੰ ਬਾਏ ਬਾਏ ਕਹਿ ਦੋ ਤੁਸੀਂ ਟਾਟਾ ਬਾਏ ਬਾਏ ਆਹ ਦੇਖੋ ਸਾਡਾ ਕਾਲਾ ਛੱਜ ਉੱਡ ਗਿਆ ਉਹ ਯਾਰ ਪਿੰਨੀ ਅੜੀ ਜਾਂਦੀ ਉਹ ਇੰਨਾ ਭਾਰਾ ਕਰ ਲਿਆ ਹਵਾ ਕਿਹਣੀ ਹੈਗੀ ਹੁਣ ਏਦਾਂ ਡਰ ਯਾਰ ਉੱਡ ਗਿਆ ਜਿਹੜਾ ਉੱਡ ਗਿਆ ਕਹਿਣ 'ਚ ਡਿਆ ਇਹ ਵੀ ਵੱਢਦੇ ਹੁਣ ਉੱਥੇ ਉਹ ਵੱਢਿਆ ਜੀ ਪਰ ਯਾਰ ਡੋਸਾ ਕਾਲੇ ਗੁੱਡੇ ਦੀ ਜੇ ਜੋ ਮਰਜ਼ੀ ਕਹੋ
यार बड़ा वधिया गुड्डा ही अपने कोठे ते ही आ आइडियो बहुत ही वधिया ही वो देख लो एवं नहीं डॉक्टर साहब कहने वाह डॉक्टर साहब शाबाश शाबाश क्या बात है देख लो लकड़ ना लाई टेप ते इनू सुटता गुड्डे ते ते गुड्डा चिपक के आ गया यार वधिया ही क्या बात है क्या बात है चलो आयो समोसे खाइए आओ डॉक्टर साहब तुम समोसा खवाइए चलो वाह फ्री टेप भी लगी अच्छा अपनी नहीं है चलो ਹੁਣ ਸਮੋਸਾ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਹੁਣ ਚੰਦਰਮੁਖੀ ਡਾਵਾਂਗੇ ਅਸੀਂ ਤੇ ਕਾਲਾ ਸ਼ਾ ਜਡਾਊਗਾ ਦੀਪ ਡਾਕਟਰ ਉਹ ਇੱਥੋਂ ਹੀ ਨਾ ਡਾ ਲਿਓ ਓਏ 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 ਯਾਰ ਹਵਾ ਨੇ ਬਹੁਤ ਖਰਾਬ ਕੀਤਾ ਹਵਾ ਬਿਲਕੁਲ ਨਹੀਂ ਚੱਲ ਰਹੀ ਪਰ ਫਿਰ ਵੀ ਧੱਕੇ ਨਾਲ ਗੁੱਡੇ ਡਾਈ ਜਾ ਰਹੇ ਆ ਹੋਵੇ ਹੋਵੇ ਫਿਟੇ ਹੀ ਮੂੰਹ ਚੱਲ लो जी गुड्डा साडा थैंक यू रे आ देख लो एक बार फिर तो गुड्डा साडा वापस आ गया चेक करो हूं बजना खेचा बराबर नहीं उडन तेरे को डया नहीं पाला यार तू ਉਪਰਾਵਾ ਵਧਾ ਲੋ ਕੀ ਕਰੀ ਜਾਂਦੇ ਓਏ 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 ਫੜੀ ਫੜੀ ਆਪਣੇ ਹੀ ਆਪਣੇ ਸੇਫ ਹੁਣ ਹੋਊਗਾ ਜੀ ਬਰਾਬਰ ਦਾ ਮੁਕਾਬਲਾ ਉਹ ਯਾਰ ਭਰਾ ਵੀ ਕਰ ਦਿੰਦਾ ਉਹਨੇ ਇੰਨਾ ਆ ਵੀ ਕਿੰਨੀ ਆ ਵੀ ਇੰਨੀ ਭਰੀ ਕਰਤੀ ਉਹ मरो लाओ गां पेचा वड्डो जिन्ने केरी वड्डनी है मारन दे हो गया को प्याज ते को प्याज काली नुक्कड़ दी खंडी डॉक्टर साहब आ देख लो जेड़े मेनू कहंदे हुंदे कि तू बेइज्जती करौंदा वा गुड्डियां बोक करौंदा इक सीगे टाइम लोक ताने सीगे कसदे हां जी आ तू ही को साहब लो डॉक्टर साहब हुण अपनी आ देखो ਹੁਣ ਡਾਕਟਰ ਸਾਹਿਬ ਵੇਲੋ ਕਾਂਡੀ ਦੇ ਉਤਰ ਆਏ ਹੁਣ ਵੇਲੋ ਇੰਨੇ ਕਲਪ ਚੁੱਕੇ ਨੇ ਇੱਧਰ ਦੇਖੋ ਆ ਥੂ ਆ ਥੂ ਆਈ ਜੇ ਇੱਧਰ ਆਇਆ ਕਰਕੇ ਹੁਣ ਆਪਾਂ ਸੂਰੇ ਮੁਖੀ ਡੋਨੇ ਆ ਤੂੰ ਹੀ ਪਰੀ ਹੰਡਾਓ ਛੋਟੀ ਓਏ ਆ ਆਈ ਕੀ ਚਾਹੀ ਯਾਰ ਜਵਾਹ ਖੋਲ ਦੇ ਓਏ ਆ ਇੰਨੇ ਪਾੜੇ ਨੇ ਲਗਾਇਆ ਸੀ ਥੱਲੇ ਕਿੰਨੇ ਪਾੜੇ ਮੈਨੂੰ ਕੀ ਲੋੜ ਲਗਾਉਂਦੀ ਯਾਰ ਸਹੀ ਮੈਂ ਕਹਿੰਦਾ ਇਹਨੂੰ ਇਹਨੂੰ ਕਿੰਨੇ ਆ ਦੇਖ ਲੈ ਗੁੱਡਾ ਪਾੜਤਾ
ਤੂੰ ਮੈਂ ਰਹਿਣ ਦੋ ਬਾਈ ਤੂੰ ਥੇ ਨਾ ਹੋ ਪਾਏਗਾ ਦੀਪ ਨੂੰ ਕਹਿੰਨੇ ਜਿੰਨੇ ਸੁਣ ਲਿਆ ਦੀਪ ਤੈਨੂੰ ਕਹਿੰਨੇ ਕੁਛ ਇਹਨਾਂ ਤੂੰ ਹੀ ਰਹਿਣ ਦੋ ਓਏ ਉੱਕਾ ਮਾਰ ਗਿਆ ਉਹਦਾ ਆਹੀਤੀ ਉੱਕਾ ਮਾਰ ਗਿਆ ਵਡਾ ਕੇ ਪਰੇ ਕਰ ਤੂੰ ਵੀ ਜਾਂ ਵੱਢ ਜਾਂ ਵਡਾ ਹੱਥ ਨਹੀਂ ਮਾਰਨਾ ਜੀ ਚਲੋ ਜੀ ਯਾਰ ਇਹ ਤੁਸੀਂ ਜਾਂਦੀ ਹਮਲਾ ਕਰਤਾ ਗੁੱਡੇ ਨੇ ਸਿੱਧਾ ਹੀ ਮਿਲਣੀ ਕਰਾ ਦੀ ਆਪਾਂ ਨੇ ਆਈ ਬੋਈ ਬਸ ਸਾਡਾ ਗੁੱਡਾ ਦੋ ਮਿੰਟ ਰੁਕੋ ਤੁਹਾਨੂੰ ਹੁਣੇ ਗੁੱਡਾ ਹੁਣ ਐਵੇਂ ਕਿਹੜਾ ਮਿਲਣਾ ਸੀ ਤੂੰ ਇੱਥੇ ਇਹ ਸਾਡਾ ਗੁੱਡਾ ਆ ਗਿਆ ਜੀ ਹੋ ਗਿਆ ਐਵੇਂ ਗਿਆ ਬੱਤੀ ਆ ਪਾੜੀ ਓਏ ਯਾਰ जोर की वजह तभी नहीं फटा वेला बेचारा प्या प्या फट गया प्या प्या फट गया फटिया नहीं ਮੈਂ ਕਿਹਾ ਉਹ ਪਿਆ ਪਿਆ ਹੀ ਫਟ ਗਿਆ ਸੀ ਉਹ ਫਟਿਆ ਨਹੀਂ ਟੇਪ ਲਿਆਂਦੀ ਆਪਾਂ ਤੋ ਹੁਣ ਇਹਦਾ ਆਪਰੇਸ਼ਨ ਕਰਾਂਗੇ ਇਹਨੂੰ ਜੋੜਾਂਗੇ ਤੇ ਤਲਾਵਾਂ ਪਾ ਕੇ ਭਾਵੇਂ ਅਸੀਂ ਤੋੜ ਕੇ ਛੱਡ ਦਈਏ ਪਰ ਜੋੜਨਾ ਪਰ ਜੋੜਨਾ ਜ਼ਰੂਰ ਇਹ ਹਲੇ ਕੱਚੇ ਟਾਂਕੇ ਲੱਗ ਰਹੇ ਨੇ ਯਾਰ ਕਿਹਨੇ ਜਾਣ ਬੁੱਝ ਕੇ ਪਾੜਿਆ ਵਾ ਪਤਾ ਲੱਗਣ ਦਿਆ ਡਾਕਟਰ ਸਾਹਿਬ ਕੀ ਆਪਣਾ ਪਸੀਨਾ ਡੋਲੀ ਜਾ ਰਹੇ ਗੁੱਡਾ ਆ ਦੇਖੋ ਹਾਂ ਆਈ ਨਹੀਂ ਕਿੱਡਾ ਨਗਰਾ ਫੋਲ ਚੋਂ ਉੱਡੀ ਹੈ ਨਗਰਾ ਸਾਲਾ ਨਾਲਾ ਥੱਲੇ ਤੇਰਾ ਸੁਪਨਾ ਪੂਰਾ ਹੋ ਕੈਨੇਡਾ ਜਾਣ ਦਾ ਉੱਤੇ ਕਰੋ ਇੱਧਰ ਦੇਖੋ ਗਜਬ ਬੇਇੱਜ਼ਤੀ ਹੈ ਗਜਬ ਬੇਇੱਜ਼ਤੀ ਹੈ ਪਲਾਨ ਕੈਨਸਲ ਕੈਨਸਲ ਆਈ ਲਵ ਮਾਈ ਇੰਡੀਆ डॉक्टर साहब अपने गुड्डे वापस लियांदे होए क्या बात सोचिया सी कि सारियां जी गुड्डियां डालांगे पर हवा ने काम खराब करता यार काफी गुड्डियां बच गईं ब्लैक लोहड़ी तो नहीं लोहड़ी तो नहीं यार कल परसों तक हवा चल गई जितना हवा चल गई ये गुड्डियां डालांगे जे इस वीडियो ते 20,000 लाइक हो गए तो एक होर ब्लॉग लेके आवांगे सांभ के रखनी गुड्डियां ठीक है जे 20,000 लाइक हो गए तो एक होर काइट ब्लॉग आऊगा क्योंकि यार इन्ने वधिया वधिया गुड्डे आ दीप वाल थोड़ा ना छड़ांगे डावांगे इन्हां नूं ते होप कर दांगे तुहानूं अज दा ब्लॉग वधिया लगा हो जे वधिया लगा तो लाइक कमेंट एंड शेयर जरूर करो हुण हवा चलण लग पई यार बाकी मिलते हैं आपां अगले ब्लॉग च टिल दैन बाय बाय टेक केयर